अभी सुन रहे हो चावला न्यूज नेटवर्क टोरंटो CNN टोरंटो। पंजाब दियां सड़कां दे बारे पुछा जा रहा सवाल भी किधर गईयां, लोकां दा सवाल है पुछ रहे ने, की कहना चाहोगे? हाँ जी, देखो एक रिपोर्ट छपी है आज दे ट्रिब्यून दे विच कि जी जिहड़ी पैदाइश दा ढंग है जिस मैनुअली एक फीता जिहा मारदे हुंदे सन सड़कां दा ਜਿਹੜਾ ਜਿਹਾ ਰਕਮ ਉਹਨਾਂ ਨੇ ਉਹਦੇ ਨਾਲ ਹੀ ਸਮੈਸ਼ ਕਰਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਕਿਉਂਕਿ ਡਿਜੀਟਲ ਇੰਡੀਆ ਹੈ ਤੇ ਇੱਥੇ ਹੁਣ ਪੈਮਾਇਸ਼ ਦਾ ਤਰੀਕਾ ਬਣ ਗਿਆ ਹੈ। ਤਾਂ ਦੱਸਦੇ ਆ ਕਿ ਜਿਹੜਾ ਇਹਨਾਂ ਨੇ ਨਵਾਂ ਸਿਸਟਮ ਲਿਆਂਦਾ GIS ਸਿਸਟਮ ਜਿਹਨੂੰ ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਕਹਿੰਦੇ ਆ ਕਿ ਇਹਦੇ ਨਾਲ ਜਦੋਂ ਪੰਜਾਬ ਦੀਆਂ ਸਮੁੱਚੀਆਂ ਸੜਕਾਂ ਦੀ ਪੈਮਾਇਸ਼ ਕੀਤੀ ਗਈ ਹੈ ਤਾਂ ਉਹਦੇ ਵਿੱਚ 538 ਕਿਲੋਮੀਟਰ ਸੜਕ ਘੱਟ ਮਿਲੀ ਆ। ਥੋੜੀ ਬਹੁਤੀ ਤੇ ਚਲੋ ਫਰਕ ਹੋ ਸਕਦਾ ਕਿ ਮੈਨੂਅਲੀ ਜਾਂ ਮਸ਼ੀਨਰੀ ਨਾਲ ਆਪਾਂ ਜਦੋਂ ਜਾਂ ਟੈਕਨੀਕ ਦੇ ਨਾਲ ਜਦੋਂ ਮੈਚ ਕਰਦੇ ਥੋੜਾ ਬਹੁਤਾ ਫਰਕ ਤੇ ਹੋ ਸਕਦਾ, 538 ਕਿਲੋਮੀਟਰ ਸੜਕ ਹੀ ਗੈਬ ਹੈ ਜਦਕਿ ਕਹਿੰਦੇ ਕਿ ਉਹਦੇ ਤੇ ਬਕਾਇਦਾ ਟੈਂਡਰਿੰਗ ਹੋਈ ਆ, ਉਹਦੀ ਮੁਰੰਮਤ ਵਾਸਤੇ ਗ੍ਰਾਂਟ ਜਾਂਦੀ ਰਹੀ ਹੈ। ਤਾਂ 538 ਕਿਲੋਮੀਟਰ ਸੜਕ ਗਈ ਤੇ ਆਖਰ ਗਈ ਕਿੱਥੇ ਆ, ਹੁਣ ਕਿਹਦੇ ਢਿੱਡ ਚ ਗਈ ਆ, ਕਿੱਧਰ ਨੂੰ ਗਈ ਆ, ਕੋਈ ਕੁਛ ਨੀ ਕਹਿ ਸਕਦਾ ਬਈ। ਹੁਣ ਸੜਕ ਲੱਭਣ ਵਾਸਤੇ ਵੀ ਸੜਕਾਂ ਛਾਨਣੀਆਂ ਪੈਣਗੀਆਂ ਕਿ ਸੜਕ ਕਿੱਥੇ ਆ। 538 ਕਿਲੋਮੀਟਰ ਵਾਲੀ ਤਾਂ 538 ਕਿਲੋਮੀਟਰ ਤੇ ਕਿੰਨੇ ਪੈਸੇ ਲੱਗੇ ਹੋਣੇ, ਕਿੰਨੀ ਟੈਂਡਰਿੰਗ, ਕਿੰਨੀ ਮੁਰੰਮਤ, ਬਥੇਰਾ ਪੈਸਾ ਲੱਗਿਆ ਹੋਏਗਾ। ਤਾਂ ਇਹਦੇ ਵਾਸਤੇ ਪੰਜਾਬ ਮੰਡੀ ਬੋਰਡ ਸਾਂਭ ਸੰਭਾਲ ਵਾਸਤੇ ਸਾਡਾ ਜਿਹੜਾ ਨੋਡਲ ਏਜੰਸੀ ਵਾਲਾ ਇੱਕ ਅਦਾਰਾ ਹੈ ਉਹ ਕੰਮ ਕਰਦਾ ਹੈ। ਤਾਂ ਹੁਣ ਉਹਦੇ ਵਿੱਚ ਕੀ ਗੜਬੜਿਆ ਸਮਝ ਤੋਂ ਪਰੇ ਦੀ ਗੱਲ ਆ। ਤਾਂ ਸੋਸ਼ਲ ਮੀਡੀਆ ਤੇ ਕਾਫੀ ਮਜ਼ਾਕ ਉੱਡ ਰਹੇ ਨੇ ਸਰਕਾਰ ਦੇ ਜਾਂ ਕਹਿ ਲਓ ਕਿ ਸਰਕਾਰੀ ਕੰਮਾਂ ਦੇ ਇਸ ਮੁਤਲਕ। ਸੋ ਇਹ ਪੁਰਾਣੀ ਸਰਕਾਰ ਦੇ ਆ? ਨਹੀਂ, ਠੀਕ ਹੈ ਤਾਂ ਫਿਰ 1965 ਹੋ ਸਕਦੇ ਆ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸੜਕਾਂ ਬਣੀਆਂ। ਉਹ ਚੁਟਕਲਾ ਨੀ ਸੀ ਹੈਗਾ ਇੱਕ ਕਿ ਇੱਕ ਨਵਾਂ ਨਵਾਂ ਭਰਤੀ ਹੋਇਆ ਸੀਗਾ PW ਦੇ ਵਿੱਚ, ਤੇ ਉਹ ਕਹਿੰਦਾ ਵੀ ਜਾ ਕੇ ਪੁਲ ਰੰਗਣਾ, ਕਹਿੰਦਾ ਫਲਾਣੇ ਪੁਲ ਤੇ ਜਾ ਕੇ ਕਲੀ ਕਰਿਆ, ਉਹ ਵਾਪਸ ਆ ਗਿਆ। ਹਨਾ, ਇਹ ਸੁਣਦੇ ਹੁੰਦੇ ਉਹ ਕਹਿੰਦੇ ਜਨਾਬ ਉੱਥੇ ਤੇ ਪੁਲ ਹੀ ਹੈ ਨਹੀਂ, ਕਹਿੰਦਾ ਉਹ ਤੇਰੇ ਕੋਲ ਅਸੀਂ ਪੁਲ ਖਾ ਕੇ ਤੇਰੇ ਕੋਲ ਕਲੀ ਨਹੀਂ ਖਾਧੀ ਗਈ, ਕੋਈ ਇੱਦਾਂ ਦਾ ਚੁਟਕਲਾ ਹੁੰਦਾ ਸੀਗਾ। ਚਲੋ ਕਾਲ ਲੈ ਲੈਂਦੇ ਹਾਂ। ਇੱਕ ਸਵਾਲ ਹੋਰ ਹੈ, PU ਨੇ ਮੰਗਿਆ ਪੰਜਾਬ ਸਰਕਾਰ ਤੋਂ ਭਾਰਾ ਬਜਟ, ਉਸ ਬਜਟ ਬਾਰੇ ਗੱਲਬਾਤ। ਪਰੰਤੂ ਪਹਿਲਾਂ ਕਾਲਰ, ਵੈਲਕਮ ਜੀ। ਮਿੰਟੂ ਗੁਰ ਸਰੀਆ ਜੀ ਅਤੇ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ। ਮਿੰਟੂ ਗੁਰ ਸਰੀਆ ਜੀ, ਆ ਇੱਕ ਨਵੀਂ ਚੀਜ਼ ਨਜ਼ਰ ਆਉਂਦੀ, ਹੋ ਸਕਦਾ ਮੈਨੂੰ ਭੁਲੇਖਾ ਪਿਆ ਹੋਵੇ, ਕਿ ਜਦੋਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਚੱਲਦੇ, ਇਹਨਾਂ ਦੇ ਸੱਜੇ ਖੱਬੇ ਥੋੜਾ ਜਿਹਾ ਗਾਂਹ ਕਰਕੇ ਦੋ ਸਿਪਾਹੀ ਚੱਲਦੇ, ਉਹ ਤਾਂ ਐਂ ਚੱਲਦੇ ਵਿਚਾਰੇ ਫਾਹੇ ਟੱਗੇ ਹੁੰਦੇ ਆ। ਦੂਜਾ ਇੱਕ ਪਹਿਲਾਂ ਹੀ ਵੇਹਦੇ ਹੁੰਦੇ ਸੀ ਵੀ ਜਦੋਂ ਗੱਡੀ ਅੰਦਰ ਵੜਦੇ ਸੀ ਦੋ ਬਾਰੀ ਖੋਲਣ ਨੂੰ ਸਿਪਾਹੀ ਭੱਜੇ ਤੁਰੇ ਜਾਂਦੇ ਹੁੰਦੇ, ਉਹ ਤਾਂ ਨਜ਼ਰ ਨਹੀਂ ਆਉਂਦੇ। ਗਏ ਇੱਕ ਸਵਾਲ ਮੇਰਾ ਇਹ ਹੈ ਵੀ ਆਪਣਾ ਚੰਨੀ ਸਾਹਿਬ ਜਿਹੜੇ ਅਮਰੀਕਾ ਗਏ ਸੀ ਅੱਖ ਬਣਾਉਣ, ਆਖਿਰ ਦੇ ਵਿੱਚ ਕਾਲੀ ਬੱਕਰੀ ਚੋਈ ਸੀ ਤੇ ਉਹ ਦੁੱਧ ਡੁੱਲ ਗਿਆ ਸੀ ਬਾਹਰ, ਮੇਰੇ ਖਿਆਲ ਸ਼ਰਾਬ ਮਾਰ ਗਿਆ, ਉਹਨਾਂ ਕੋਲ ਤੇ ਗੁਣ ਭਰੇ, ਕਿਤੇ ਉਹਨਾਂ ਨੇ ਸਾਰੇ ਸਰਟੀਫਿਕੇਟ ਵਿਖਾ ਤਾਂ ਨਹੀਂ ਦਿੱਤੇ ਅਮਰੀਕਾ ਜੀ ਕਿ ਪਰਮਾਨੈਂਟ ਉੱਥੇ ਹੀ ਡੇਰੇ ਲਾ ਦੇਣ, ਇਹਦੇ ਬਾਰੇ ਦੱਸਿਆ ਜਿਹੜਾ। ਹਾਂਜੀ, ਨਹੀਂ ਦੇਖੋ ਹੁਣ ਪਤਾ ਨੀ ਕੋਈ ਸੁਰੱਖਿਆ ਦਾ ਕੋਈ ਪ੍ਰੋਟੋਕਾਲ, ਜਿਹੜੀ ਤੁਹਾਡੀ ਪਹਿਲੀ ਗੱਲ ਆ ਉਹਦਾ ਕੋਈ ਸੁਰੱਖਿਆ ਦਾ ਪ੍ਰੋਟੋਕਾਲ ਬਦਲਿਆ ਹੋਵੇ ਤੇ ਬਦਲਿਆ ਹੋਵੇ। ਬਾਕੀ ਪੰਜਾਬ ਪੁਲਿਸ ਦੇ ਸਿਪਾਹੀ ਤੇ ਉਹ ਵੀ ਫਾਹੇ ਟੰਗੇ ਆ, ਉਹ ਤੇ ਕੇਜਰੀਵਾਲ ਦੇ ਨਾਲ ਵੀ ਵਿਚਾਰੇ ਚੜਾ ਰੱਖੇ ਨੇ ਇਹਨਾਂ ਨੇ, ਕੀ ਕਰੀਏ ਹੁਣ ਦੇਖੋ ਬੜੀ ਮਾੜੀ ਹਾਲਤ ਬਣੀ ਪਈ ਆ। ਉਹ ਤੇ ਗੁਜਰਾਤ ਦੇ ਵਿੱਚ ਲਈ ਕਰਦੇ ਨੇ, ਕਹਿੰਦੇ ਉੱਥੇ ਗਰਦ ਠਾਈ ਜਾਂਦੇ ਆ, ਗਰਦ ਤਾਂ ਪਤਾ ਨੀ ਕੀ ਕਹਾਣੀ ਹੈ ਕੀ ਨਹੀਂ ਕਹਾਣੀ ਹੈ। ਤਾਂ ਇਹ ਬਦਲਾਅ ਹੈ ਵੀ ਮਾੜਾ ਮੋਟਾ ਬਦਲਾਅ ਦੇ ਵਿੱਚ ਥੋੜਾ ਬਹੁਤਾ ਫਿਰ ਇੱਧਰ ਉੱਧਰ ਹੋ ਜਾਂਦਾ। ਤੇ ਰਹੀ ਗੱਲ ਚੰਨੀ ਸਾਹਿਬ ਦੀ, ਚੰਨੀ ਸਾਹਿਬ ਤੇ ਕਹਿੰਦੇ ਉੱਥੇ PhD ਕਰ ਰਿਹਾ ਵਾ ਮੈਂ ਕਾਂਗਰਸ ਦੇ ਹਾਲਾਤ ਤੇ, ਤੇ ਕਾਂਗਰਸ ਦੇ ਹਾਲਾਤ ਤੇ ਇੱਥੇ ਵੇਖਣ ਵਾਲੇ ਆ। ਵੜਿੰਗ ਪ੍ਰਧਾਨ ਬਣਾਉਂਦਾ ਤੇ ਪ੍ਰਧਾਨ ਤੇ ਇੱਕ ਇਹਨਾਂ ਦੇ ਸਾਬਕਾ ਮੰਤਰੀ ਦਾ ਸਾਲਾ ਜਿਹੜਾ ਮੂੰਹ ਸਾਹਮਣੇ ਇੱਕ ਦੂਜੇ ਨੂੰ ਮਿਹਣੇ ਮਾਰਨ ਡਿਆ, ਤੂੰ ਖਾ ਗਿਆ ਤੂੰ ਖਾ ਗਿਆ, ਬਿਲਕੁਲ ਇੱਧਰ ਇੱਥੇ ਰੌਲਾ ਪੈਣ ਡਿਆ। ਸਾਡੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਇੱਕ ਇਹਨਾਂ ਦਾ ਟਕਸਾਲੀ ਪਰਿਵਾਰ ਜਿਹੜਾ ਰੌਲਾ ਪਾਉਂਦੇ ਆ, ਉਹ ਵੀ ਛੱਡ ਕੇ ਪਰੇ ਹੋਇਆ। ਤੋ ਕਾਂਗਰਸ ਦੇ ਹਾਲਾਤ ਤੇ ਇੱਥੇ ਵੇਖਣ ਵਾਲੇ ਆ ਕਿ ਰਾਹੁਲ ਗਾਂਧੀ ਜਿਹੜਾ ਉਹ ਸੜਕਾਂ ਤੇ ਧੂੜ ਫੱਕਦਾ ਫਿਰਦਾ, ਦਾੜੀ ਕਟਾਉਣ ਜੋਗਾ ਉਹਦੇ ਕੋਲ ਸਮਾਂ ਨਹੀਂ ਹੈਗਾ। ਤੇ ਇਹ ਇਹ ਉਹ ਕਹਿੰਦਾ ਜੀ ਕਾਂਗਰਸ ਦੇ ਹਾਲਾਤ ਤੇ ਮੈਂ PhD ਕਰਦਾ ਤੇ PhD ਇੰਨੀ ਮੈਂ ਸ਼ਿੱਦਤ ਦੇ ਨਾਲ ਕਰਦਾ ਤੇ ਮੇਰੀਆਂ ਅੱਖਾਂ ਹੀ ਖਰਾਬ ਹੋ ਗਈਆਂ। ਹੁਣ ਅੱਖਾਂ ਦਾ ਬਈ ਐਸਾ ਕਿਹੜਾ ਇਲਾਜ ਆ, ਮਾਰਚ ਅਪ੍ਰੈਲ ਤੋਂ ਸ਼ੁਰੂ ਹੋਇਆ
ਤੇ ਹੁਣ ਤੱਕ ਚੱਲੀ ਜਾਂਦਾ ਪਤਾ ਨੀ ਚੰਨੀ ਸਾਹਿਬ ਇੱਕ ਦੋ ਵਾਰੀ ਮੈਂ ਮੈਸੇਜ ਕੀਤੇ ਆ ਕਿ ਚੰਨੀ ਸਾਹਿਬ ਮਾੜੀ ਜਿਹੀ ਕਰਿਆ ਜੇ ਗੱਲ ਉਹ ਕਰਦੇ ਹੀ ਨਹੀਂ ਆ ਨਾ ਤਾਂ ਆਪਦਾ ਮਤਲਬ ਕਿ ਆਪਦਾ ਜਿਹੜਾ ਨਿੱਕਾ ਜਿਹਾ ਮੇਰਾ ਨਾਂ ਹੈ ਮੀਨ ਟੂ ਦੋ ਅੱਖਰਾਂ ਦਾ ਨਾਮ ਹੈ ਦੱਸਿਆ ਵੀ ਤੇ ਮੇਰੇ ਨਾਲ ਗੱਲ ਕਰਿਓ ਜੀ ਸਰ ਪੁੱਛੀਏ ਦੱਸੀਏ ਕੁਛ ਆਪਾਂ ਹਾਲ ਚਾਲ ਪੁੱਛ ਲਈਏ ਕੁਛ ਮੇਰੀਆਂ ਵੀ ਅੱਖਾਂ ਦੀ ਪ੍ਰੋਬਲਮ ਆ ਕੁਛ ਕੋਈ ਬੰਦਾ ਦੁੱਖ ਸੁੱਖ ਸ਼ੇਅਰ ਕਰ ਲੈਂਦਾ ਕੋਈ ਇਲਾਜ ਇੱਕ ਦੂਜੇ ਨਾਲ ਸਾਂਝਾ ਕਰ ਲੈਂਦਾ ਕੋਈ ਜਵਾਬ ਹੀ ਨਹੀਂ ਦਿੰਦੇ ਬਸ ਮੈਸੇਜ ਛੱਡਦੇ ਆ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਡਾਕਟਰ ਨੇ ਰੋਕਿਆ ਕਿ ਡਿਜੀਟਲ ਯੁੱਗ ਤੋਂ ਵੀ ਥੋੜਾ ਦੂਰ ਰਹਿਣਾ ਅੱਜ ਕੱਲ੍ਹ ਉਹ ਇੱਧਰ ਵੀ ਜਵਾਬ ਘੱਟ ਹੀ ਦਿੰਦੇ ਆ ਹੋ ਸਕਦਾ ਜੀ ਇੱਥੇ ਪਰਮਾਨੈਂਟਲੀ ਰਹਿਣਾ ਸਟਾਰਟ ਕਰ ਦੇਣ ਕਿਉਂਕਿ ਇੱਥੇ ਤਾਂ ਇਹਨਾਂ ਨੂੰ ਵਕਤ ਪਵੇਗਾ ਹੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਚਲੋ ਪਰਮਾਨੈਂਟਲੀ ਵੀ ਨਾ ਤਾਂ ਲੰਬੇ ਸਮੇਂ ਵਾਸਤੇ ਹੋ ਸਕਦਾ ਸਮਾਂ ਇੱਥੇ ਕੱਟ ਲੈਣ ਬਾਕੀ ਪਤਾ ਨਹੀਂ ਕੱਲ੍ਹ ਦਾ ਜੀ ਪਰ ਚੰਨੀ ਸਾਹਿਬ ਨੂੰ ਕਹਿ ਲਓ ਕਿ ਬਹੁਤ ਲੋਕ ਮਿਸ ਕਰਦੇ ਆ ਕਿਤੇ ਬੋਰਡ ਤੋਂ ਵੀ ਬਾਬ ਵਈ ਉਗਣ ਜਾਂਦੀ ਮਰਦੀ ਆ ਤੇ ਗੱਲ ਇਹ ਆ ਕਿ ਉਹ ਲੋਕ ਤੇ ਯਾਦ ਕਰਦੇ ਨੇ ਪਰ ਹੁਣ ਕੀ ਕਰੀਏ ਚੰਨੀ ਸਾਹਿਬ ਨੂੰ ਯਾਦ ਹੀ ਨਹੀਂ ਆਉਂਦੀ ਵੀ ਉਹ ਕਿੱਥੇ ਗਏ ਤੁਹਾਡੇ ਮਤਲਬ ਦਾਵੇ ਉਹ ਕਿੱਥੇ ਆ ਲੋਕ ਮਿਸ ਕਰ ਰਹੇ ਆ ਤੁਹਾਨੂੰ ਆਓ ਬੱਕਰੀ ਪਤਾ ਨੀ ਵਿਚਾਰੀ ਕੋਈ ਚੋਣ ਵਾਲਾ ਹੈਗਾ ਕਿ ਨਹੀਂ ਹੈਗਾ ਜੀ ਅੱਛਾ ਪੀ ਯੂ ਨੇ ਮੰਗਿਆ ਪੰਜਾਬ ਸਰਕਾਰ ਤੋਂ ਭਾਰਾ ਬਜਟ ਕੀ ਕਹਿਣਾ ਚਾਹੋ ਦੇਖੋ ਪੀ ਯੂ ਨੇ ਬਜਟ ਮੰਗਿਆ ਉਹਨਾਂ ਦੀ ਜ਼ਰੂਰਤ ਹੈ ਜੀ ਜਿਹੜਾ ਪੀ ਯੂ ਦਾ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਕਾਫੀ ਖਰਚਾ ਹੈ ਪੰਜਾਬ ਯੂਨੀਵਰਸਿਟੀ ਦਾ ਬਹੁਤ ਵੱਡਾ ਖਰਚਾ ਹੁੰਦਾ ਇਹਨਾਂ ਦਾ ਤਾਂ ਇਹਨਾਂ ਨੇ ਜਿਹੜਾ ਮੇਰੇ ਖਿਆਲ ਦੇ ਨਾਲ ਮੰਗਿਆ 278 ਕਰੋੜ ਦਾ ਏਰੀਅਰ ਮੰਗਿਆ ਜਿਹੜਾ ਸਰਕਾਰ ਨੂੰ ਭੇਜਿਆ ਇਹਨਾਂ ਨੇ ਏਰੀਅਰ ਜਿਹੜਾ ਪੰਜਾਬ ਸਰਕਾਰ ਨੂੰ ਉਹ ਭੇਜ ਦਿੱਤਾ ਇਹਨਾਂ ਨੇ ਕਰੀਬ 900 ਕਰੋੜ ਦਾ ਬਜਟ ਹੈ ਮੈਂ ਤੁਹਾਨੂੰ ਦੱਸਿਆ ਨਾ ਬਹੁਤ ਵੱਡਾ ਬਜਟ ਹੈ ਬਹੁਤ ਵੱਡਾ ਬਜਟ ਹੈ ਇਹਨਾਂ ਦਾ ਤਾਂ 278 ਕਰੋੜ ਰੁਪਏ ਜਿਹੜੇ ਉਸ ਡਿਮਾਂਡ ਵਜੋਂ ਇਹਨਾਂ ਨੇ ਮੰਗੇ ਆ ਕਿ ਸਾਡੀ ਡਿਮਾਂਡ ਹੈ 278 ਕਰੋੜ ਰੁਪਇਆ ਦੇਵੋ ਤੇ ਉਹ ਆਉਂਦੇ ਨਾ ਦੇਵੋ ਵੀਰੋ ਵੇ ਭੈਣਾਂ ਮੰਗਣ ਕੇ ਜੀਰੀਆਂ ਹੁਣ ਦੇਣੇ ਚਾਹੀਦੇ ਕਿਉਂਕਿ ਥੋੜੇ ਦਿਨ ਪਹਿਲਾਂ ਮੀਟ ਹੇਅਰ ਪਾਰਟੀਆਂ ਮਾਰਨ ਡਿਆ ਸੀ ਕਹਿੰਦਾ ਸੀਗਾ ਕਿ ਯੂਨੀਵਰਸਿਟੀ ਨਹੀਂ ਜਾਣ ਦਿਆਂਗੇ ਜਿੰਨੇ ਪੈਸੇ ਚਾਹੀਦੇ ਦਿਆਂਗੇ ਦੇ ਦਿਓ ਹੁਣ ਦੇ ਦਿਓ 278 ਕਰੋੜ ਰੁਪਇਆ ਦਿਓ ਦੇਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਨੂੰ ਕਿਉਂਕਿ ਅੱਗੇ ਆਪਾਂ ਦੇਖਿਆ ਕਿ ਸੈਂਟਰਲ ਯੂਨੀਵਰਸਿਟੀ ਬਣਾਉਣ ਵਾਸਤੇ ਉੱਥੇ ਪੂਰੇ ਤਰੱਦਤ ਕੀਤੇ ਜਾ ਰਹੇ ਆ ਦਿਓ ਇਹਨਾਂ ਦਾ ਜਿਹੜਾ ਬਜਟ ਬਣਦਾ ਪਰ ਇਹਨਾਂ ਨੇ ਤਾਂ ਆਪਣੀ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਪਟਿਆਲੇ ਦੀ ਉਹਨੂੰ ਨੀ ਪੂਰਾ ਬਜਟ ਦਿੱਤਾ ਜੀ ਜੀ ਜਿਹੜਾ ਉਹਨਾਂ ਦਾ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਐਵਰੇਜ 25-30 ਕਰੋੜ ਰੁਪਇਆ ਜਿਹੜਾ ਉਹ ਮਹੀਨੇ ਦਾ ਖਰਚਾ ਹੈ ਪੰਜਾਬੀ ਯੂਨੀਵਰਸਿਟੀ ਵਾਲਿਆਂ ਦਾ ਤੇ ਉਹਦੇ ਮੁਕਾਬਲੇ ਉਹ ਉਹਨਾਂ ਪੂਰਾ ਬਜਟ ਹੀ ਨੀ ਮਿਲਦਾ ਤੇ ਜਿਹੜਾ ਉਹਨਾਂ ਦਾ ਐਕਸਟਰਾ ਕੋਈ 100-150 ਕਰੋੜ ਦਾ ਕਰਜ਼ਾ ਉਹ ਵੱਖਰਾ ਇਸ ਕਰਕੇ ਯੂਨੀਵਰਸਿਟੀਆਂ ਦੀ ਬਾਂਹ ਫੜਦੀ ਜ਼ਰੂਰਤ ਹੈ ਪਰ ਸਰਕਾਰਾਂ ਕਹਿੰਦੀਆਂ ਕੁਛ ਹੋਰ ਹੈ ਕਰਦੀਆਂ ਕੁਛ ਹੋਰ ਹੈ ਹੁਣ ਦੇਖਦੇ ਆਮ ਆਦਮੀ ਪਾਰਟੀ ਦਾ ਵੀ ਇਮਤਿਹਾਨ ਆ ਕਿ ਜਿਹੜਾ ਉਹਨਾਂ ਨੇ ਏਰੀਅਰ ਮੰਗਿਆ ਵਾ ਕਿ ਇਹ ਉਹਨੂੰ ਫੁਲਫਿਲ ਕਰਦੇ ਆ ਜਾਂ ਫਿਰ ਕੋਈ ਘਟਾ ਵਧਾ ਕੇ ਕੰਮ ਜਿਹੜਾ ਕਰ ਦਿੰਦੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ ਥੈਂਕ ਯੂ ਵੈਰੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ